पटियाला विखे दिन दिहाड़े चोरों वालों गड्डिया लखा रुपए की नकदी चोरी करने का मामला सामने आया। इतने दसणयोग है कि चोरों वालों सिर्फ ब्रीजा गड्डियां ही निशाना बनाया गया और इस तो कुछ देर पहला भी एक ब्रीजा गड्डी विचों ही चोरों वालों नकदी चोरी की गई। इस दे संबंध में गड्डी के मालक ने दसिया कि वह अमर हस्पताल के बाहर गड्डी खड़ी करके कुछ समय ले अंदर गया तो वापस आने पर देखा कि चोर उसकी गड्डी विचों 5 लाख रुपए और कुछ जरूरी कागजात चोरी करके लै गए। इस तरह दूजी गड्डी के मालक ने दसिया कि वह भी अमर हस्पताल के बाहर गड्डी खड़ के हस्पताल के अंदर गया तो कुछ देर बाद वापस आने देखा कि उसकी गड्डी विचों चोर 5000 रुपए और उसकी लाइसेंसी रिवॉल्वर चोरी करके लै गए। उसने दसिया कि पुलिस को इसकी जानकारी दे दी गई है। मैं अपनी मैडम को डॉक्टर नीता गोयल को अमर हॉस्पिटल दिखाने आया था जी। उन्होंने 2:30 बजे का टाइम दिता सी। लगभग 2:10 बजे मैं हॉस्पिटल अंदर गया तो 3 बजे तो 40 मिनट मैं बाहर आया। जो मैं बाहर आके देखा तो गड्डी मेरी खुली सी और पूरा पूरा तो डैशबोर्ड के कुछ समान से नहीं छेड़ा खुला पाया डैशबोर्ड कुछ समान कोई ज़्यादा कीमती नहीं सगा। तो डिग्गी के मेरा एक बैग सगा बैग के लगभग 5 लाख रुपया सगा मेरा वो कुछ 53,000 स्कूल की फीस सी बच्चों ने जी भरनी सी बैंक के और 1,30,000 मैं अपना बैंक के कल कढ़ा के लिया मेरा पी टी एफ अकाउंट सगा जी। कुछ मेरे पैसे पहला कढ़ाए थे बैंक के ਕਿਹੜੀ ਜਗ੍ਹਾ ਤੇ ਚੋਰੀ ਹੋਈ ਹੈ ਜੀ? ਇਹ ਅਮਰ ਹਸਪੀਟਲ ਦੇ ਬਾਹਰ ਹੋਈ ਹੈ ਜੀ। ਬਿਲਕੁਲ ਦੋ ਗੱਡੀਆਂ ਬਿਲਕੁਲ ਨਾ ਹੋਈਆਂ ਦੋ ਗੱਡੀਆਂ ਬਿਲਕੁਲ ਨਾ ਸੀਗੀਆਂ ਜੀ। ਉਹ ਗੱਡੀ ਦੇ ਵਿੱਚ ਮੇਰਾ ਰਿਵਾਲਵਰ 5 ਲੱਖ ਰੁਪਇਆ ਬੈਂਕ ਦੇ ਕਾਰਡ ਮੇਰਾ ਆਧਾਰ ਕਾਰਡ ਔਰ ਨਾਲ ਹੀ ਮੇਰਾ ਸੀਗਾ ਆਪਣਾ ਡਰਾਈਵਿੰਗ ਲਾਇਸੈਂਸ ਸਾਰੇ ਡਾਕੂਮੈਂਟ ਆਪਣੇ ਉਸ ਬੈਗ ਦੇ ਵਿੱਚ ਸੀ। ਤੇ ਹੁਣ ਪੁਲਿਸ ਵਾਲਾ ਆਈ ਸੀ ਗੱਲ ਚ? ਪੁਲਿਸ ਆਈ ਸੀ, ਡੀਐਸਪੀ ਸਾਹਿਬ ਆਏ ਸੀਗੇ, ਡੀਐਸਪੀ ਔਰ ਨਾਲ ਐਸਐਚਓ ਸਾਹਿਬ ਆਏ ਸੀਗੇ ਪਿੰਡ ਜੀ। ਉਹ ਆ ਕੇ ਮੌਕੇ ਬਾਰ ਬਾਰ ਦੇਖ ਕੇ ਗਏ ਨੇ, ਕੈਮਰੇ ਚੈੱਕ ਕੀਤੇ ਸੀਗੇ ਪਰ ਕੈਮਰਿਆਂ ਦੇ ਵਿੱਚ ਕੁਛ ਮਾੜਾ ਮੋਟਾ ਪਤਾ ਲੱਗਿਆ ਵੀ ਜ਼ਿਆਦਾ ਪਤਾ ਨਹੀਂ ਲੱਗ ਗਿਆ। ਅਤੇ ਇਸ ਮੌਕੇ ਦੇ ਉੱਤੇ ਹੀ ਬਰਾਬਰ ਦੋਨੋਂ ਪੈਰਲਲ ਖੜੀਆਂ ਸੀਗੀਆਂ ਗੱਡੀਆਂ। ਆਹ ਗੱਡੀ ਖੜੀ ਆ ਨਾਲ ਦੂਜੀ ਬਲੀਜਾ ਖੜੀ ਸੀਗੀ ਹਰਿਆਣਾ ਨੰਬਰ ਸੀਗੀ। ਉਹਨਾਂ ਦੀ ਗੱਡੀ ਦੀ ਵਿੱਚੋਂ ਵੀ ਸੇਮ ਚੋਰੀ ਹੋਈ ਆ। ਜਦ ਉਹਨਾਂ ਨੇ ਚੈੱਕ ਕੀਤਾ ਤਾਂ ਉਹਨਾਂ ਦੀ ਗੱਡੀ ਦੇ ਵਿੱਚ ਵੀ ਰਿਵਾਲਵਰ ਅਤੇ ਉਹਨਾਂ ਦੇ ਪੈਸੇ ਵਗੈਰਾ ਲੋਸ ਹੋ ਗਏ। ਠੀਕ ਹੈ। ਇੱਕ ਗੱਡੀ ਹੋਰ ਸੀਗੀ 12 ਵਜੇ ਚੋਰੀ ਹੋਈ, ਉਹ ਵੀ ਬਲੀਜਾ ਗੱਡੀ ਸੇਮ ਸੀਗੀ ਜੀ। ਦੱਸਣ ਦੇ ਮੁਤਾਬਕ ਜਿਵੇਂ ਲੋਕਾਂ ਦੇ ਕਿ ਉਹ ਗੱਡੀ ਪਰਲੀ ਸਾਈਡ ਸੀਗੀ ਹੋਸਪਿਟਲ ਦੇ, ਉਹਦੇ ਵਿੱਚ ਵੀ ਲਗਭਗ 1,60,000 ਰੁਪਇਆ ਚੋਰੀ 12 ਵਜੇ ਦਾ। ਇਸ ਤਰ੍ਹਾਂ ਲਗਾਤਾਰ ਜਿਹੜਾ ਚੋਰੀ ਹੋਣਾ ਹਸਪਤਾਲ ਦੇ ਸਾਹਮਣੇ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਵੀ ਸਵਾਲ ਖੜੇ ਹੁੰਦੇ ਨੇ ਕਿਉਂਕਿ ਇੰਨਾ ਵੱਡਾ ਹਸਪਤਾਲ, ਇੰਨਾ ਵੱਡਾ ਸ਼ਹਿਰ ਹੈ। ਜਦੋਂ ਇੰਨੇ ਵੱਡੇ ਸ਼ਹਿਰ ਦੇ ਵਿੱਚ ਇੱਕੋ ਸਮੇਂ 3 ਚੋਰੀਆਂ ਮੇਨ ਬਾਜ਼ਾਰ ਦੇ ਵਿੱਚੋਂ ਹੋ ਜਾਣ ਤਾਂ ਕਿਤੇ ਨਾ ਕਿਤੇ ਹੈ ਜੀ ਬਿਲਕੁਲ ਮਾੜੀ ਮੋਟੀ ਸਰਕਾਰ ਵੱਲੋਂ ਚਾਹੀਦਾ ਕਿ ਚੋਰੀਆਂ ਰੋਕਿਆ ਜਾਵੇ। ਜਿਹੜਾ ਗੈਂਗ ਬਣੇ ਹੋਏ ਨੇ ਉਹਨਾਂ ਨੂੰ ਪਾਈ ਜਾ ਸਕੇ। ਪਤਾ ਲੱਗਿਆ ਜੀ ਮੈਨੂੰ ਪ੍ਰਾਈਮ ਹੋਸਪਿਟਲ ਦੇ ਵਿੱਚੋਂ ਵੀ ਆਈ ਥਿੰਕ ਮੰਡੇ ਇੱਕ ਗੱਡੀ ਬਰੀਜਾ ਚੋਰੀ ਹੋਈ ਹੈ, ਚੋਰੀ ਨਹੀਂ ਹੋਈ ਸੋਰੀ, ਉਹਦੇ ਵਿੱਚੋਂ ਵੀ ਚੋਰੀ ਹੋਈ ਹੈ ਬਰੀਜਾ ਗੱਡੀ ਮੰਡੇ ਦੀ ਗੱਲ ਹੈ ਜੀ। ਠੀਕ ਹੈ। ਆਈ ਥਿੰਕ ਇਹ ਕੋਈ ਗੈਂਗ ਹੈ ਜਿਹੜਾ ਸਿਰਫ ਬਰੀਜਾ ਗੱਡੀਆਂ ਨੂੰ ਖੋਲਦਾ, ਲੋਕ ਖੋਲ ਕੇ ਫਿਰ ਉਹ ਲੈ ਕੇ ਜਾਂਦਾ ਆਰਾਮ ਨਾਲ ਦੋਵੇਂ ਗੱਡੀਆਂ ਨੂੰ ਬਿਲਕੁਲ ਸੰਧੀ ਨਾਲ ਚੋਰੀ ਕਰਦੇ। ਦੂਸਰੀ ਗੱਡੀ ਬਰੀਜਾ ਹੀ ਆਈ? ਦੂਸਰੀ ਗੱਡੀ ਬਰੀਜਾ ਹੀ ਆਈ। ਓਕੇ ਠੀਕ ਹੈ। ਦੋਵੇਂ ਗੱਡੀਆਂ ਬਰੀਜਾ ਹੁੰਦੇ ਜਿਹੜੇ 4 ਗੱਡੀਆਂ ਚੋਰੀ ਹੋਈ ਆ, 4 ਹੀ ਬਰੀਜਾ ਹੁੰਦੇ। ਆਏ ਹਾਂ ਅਸੀਂ 2:30 ਵਜੇ ਤੋਂ ਬਾਅਦ, ਉਸ ਤੋਂ ਬਾਅਦ 3:30 ਵਜੇ ਅਸੀਂ ਵਾਪਸ ਆਏ ਹਾਂ। ਉਸ ਤੋਂ ਬਾਅਦ ਸਮਾਨ ਹੈ ਨਹੀਂ ਸੀ ਜੀ। ਰਤੀਆ ਤੋਂ ਜੀ? ਰਤੀਆ ਤੋਂ ਆਸੇ ਗੱਡੀ ਦੇ ਵਿੱਚ ਕੀ ਕੁਝ ਸੀ? ਇੱਕ ਰਿਵਾਲਵਰ ਸੀ ਜੀ, ਇੱਕ ਬੈਗ ਸੀ ਪਿੱਛੇ ਡਿੱਗੀ 'ਚ, ਇੱਕ ਚਾਵਲ ਦਾ ਗੱਟਾ ਸੀ ਅਤੇ ਡਾਕੂਮੈਂਟ ਵਗੈਰਾ ਸੀ ਜੀ ਬੈਗ 'ਚ। ਉਹ ਸਾਰਾ ਪਰਸ 'ਚੋਂ ਪੈਸੇ ਕੱਢ ਕੇ ਲੈ ਗਏ, 5-6 ਹਜ਼ਾਰ ਰੁਪਏ ਸੀ ਪਰਸ 'ਚ। ਟੋਟਲ ਕਿੰਨੀ ਅਮਾਊਂਟ ਕਿੰਨੀ ਸੀ? 5-6 ਹਜ਼ਾਰ ਸੀ ਜੀ ਅਮਾਊਂਟ ਦਾ, ਬਾਕੀ ਰਿਵਾਲਵਰ ਸੀ ਅਤੇ ਡਾਕੂਮੈਂਟ ਵਗੈਰਾ ਸੀ ਆਪਣਾ, ਉਹ ਸੀ ਬੈਗ ਸੀ ਪੂਰਾ ਬਣਾ। ਇੱਕੋ ਗੱਡੀ 'ਚ ਹੋਈ ਹੈ ਕਿ ਹੋਰ ਵੀ ਬਣੇ ਆ ਸਰ? ਨਹੀਂ, ਉਹ ਉਹਨਾਂ ਦੀ ਅਲੱਗ ਹੈ ਜੀ, ਆਪਣੀ ਕੇ ਗੱਡੀ ਸੀ ਜੀ। ਹਾਂਜੀ, ਕਿੰਨੀ ਗੱਡੀਆਂ 'ਚ ਹੋਈ ਹੈ? ਪੂਰੇ 2 ਗੱਡੀਆਂ 'ਚ ਹੋਈ ਹੈ ਜੀ। ਉਹਦੇ ਪੂਰੇ ਦੋਵੇਂ ਬਰਾਬਰ ਖੜੀਆਂ ਸੀ, ਬ੍ਰੀਜਾ ਗੱਡੀਆਂ ਨੇ ਦੋਨੇ। ਹਾਂਜੀ ਹਾਂਜੀ ਹਾਂ, ਪੁਲਿਸ ਨੂੰ ਗਈ ਹੈ ਜੀ ਅਤੇ ਉਹਨਾਂ ਨੇ ਬੁਲਾਇਆ, ਉੱਥੇ FIR ਦਰਜ ਕਰਨਗੇ ਜੀ। ਉੱਥੇ ਹੀ ਥਾਣਾ ਸਿਵਲ ਲਾਈਨ ਦੇ ਇੰਚਾਰਜ ਗੁਰਪ੍ਰੀਤ ਸਿੰਘ ਭਿੰਡਰ ਨੇ ਕਿਹਾ ਕਿ ਪੀੜਤਾਂ ਦੇ ਬਿਆਨ ਦਰਜ ਕਰ ਲਏ ਗਏ ਨੇ ਅਤੇ ਨੇੜੇ ਦੇ CCTV ਕੈਮਰੇ ਖੰਗਾਲੇ ਜਾ ਰਹੇ ਨੇ, ਡੂੰਘਾਈ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਇਹ ਇੱਥੇ ਬਰੀਜ਼ਾ ਗੱਡੀਆਂ 2 ਪਾਰਕ ਹੋਈਆਂ ਸੀਗੀਆਂ, ਜਿਹੜੀਆਂ ਉਹ ਲਾ ਕੇ ਹੋਸਪਿਟਲ 'ਚ ਆਪਦੇ ਮਰੀਜ਼ ਦਾ ਪਤਾ ਲੈਣ ਗਏ ਸੀਗੇ ਅਤੇ ਉਹ ਹੁਣ ਦੱਸਣ ਮੁਤਾਬਕ ਉਹਨਾਂ ਦੇ ਜਦੋਂ ਵਾਪਸ ਆਏ ਗੱਡੀਆਂ ਲੋਕ ਹੀ ਸੀਗੀਆਂ ਉਵੇਂ ਐਜ਼ ਇਟ ਇਜ਼, ਪਰ ਵਿੱਚੋਂ ਸਮਾਨ ਗਾਇਬ ਸੀਗਾ ਉਹਨਾਂ ਦੇ। ਡਿੱਗੀ ਦੇ ਵਿੱਚ ਬੈਗ ਪਿਆ ਸੀ ਜਿਹਦੇ ਵਿੱਚ ਪੈਸੇ ਅਤੇ ਕੁਛ ਹੋਰ ਦੱਸ ਰਹੇ ਵੀ ਕਾਫੀ ਸਾਡਾ ਸਮਾਨ ਸੀਗਾ।
ਅਤੇ ਉਹਨਾਂ ਨੂੰ ਅਜੇ ਕਲੀਅਰ ਇਹ ਨਹੀਂ ਯਾਦ ਵੀ ਵੈਪਨ ਵਿੱਚ ਸੀਗਾ ਜਾਂ ਨਹੀਂ ਹੈਗਾ, ਵੈਪਨ ਦਾ ਵੀ ਸ਼ੱਕ ਕਰ ਰਹੇ ਨੇ ਵੀ ਵੈਪਨ ਵੀ ਸ਼ਾਇਦ ਸਾਡਾ ਵਿੱਚ ਸੀਗਾ, ਉਹ ਅਜੇ ਵੈਰੀਫਾਈ ਕਰ ਰਹੇ ਨੇ ਆਪਣੇ ਘਰੇ ਗੱਲ ਕਰਕੇ ਬੱਚਿਆਂ ਨਾਲ। ਅਤੇ ਕਿੰਨੇ ਕੁ ਜਿਹੜਾ ਚੋਰੀ ਦੱਸ ਰਹੇ ਨੇ ਕਿੰਨਾ ਕੁ ਇਸ ਕਰਨ ਲੱਗਦੀ ਹੈਗੀ ਚੋਰੀ? ਜੋ ਇੱਕ ਗੱਡੀ ਵਾਲਿਆਂ ਨੇ ਕਰੀਬ 5 ਲੱਖ ਦੇ ਕਰੀਬ ਦੱਸਿਆ ਵੀ ਸਾਡਾ ਕੈਸ਼ ਸੀਗਾ ਵਿੱਚ, ਬਾਕੀ ਹੁਣ ਉਹ ਵੈਰੀਫਾਈ ਕਰ ਉਹੀ ਕਰ ਰਹੇ ਨੇ ਵੀ ਕਿੱਥੋਂ ਕਿੱਥੋਂ ਕਿੰਨਾ ਕਿੰਨਾ, ਕਈ ਵਾਰੀ ਨਹੀਂ ਵੀ ਯਾਦ ਹੁੰਦਾ ਬੰਦੇ ਨੂੰ ਕਿੰਨਾ ਕੈਸ਼। ਅਤੇ ਸਰ ਪਟਿਆਲਾ ਦੀ ਗੱਲ ਕੀਤੀ ਜਾਵੇ, ਇਸ ਜਗ੍ਹਾ 'ਤੇ ਲਗਾਤਾਰ 3-4 ਚੋਰੀਆਂ ਲਗਾਤਾਰ ਹੋ ਚੁੱਕੀਆਂ ਜਿਸ ਤਰ੍ਹਾਂ ਦੱਸਣ ਦੇ ਮੁਤਾਬਿਕ, ਅੱਜ ਵੀ 2 ਗੱਡੀਆਂ ਦੇ ਵਿੱਚ ਚੋਰੀਆਂ ਹੋਈਆਂ, ਜਾਂ ਤਾਂ ਬਰੀਜ਼ਾ ਗੱਡੀਆਂ ਦੇ ਵਿੱਚ ਚੋਰੀਆਂ ਹੋ ਰਹੀਆਂ ਨੇ ਪਟਿਆਲੇ ਵਿੱਚ? ਨਹੀਂ ਅੱਜ ਹੀ, ਅੱਜ ਇੱਕ ਦਿਨ 'ਚ ਹੀ 3 ਹੋਈਆਂ ਨੇ, ਅੱਜ ਹੀ ਇਹ ਹੋਸਪਿਟਲ ਦੇ ਆਲੇ ਦੁਆਲੇ ਬਰੀਜ਼ਾ ਗੱਡੀਆਂ ਦੇ ਵਿੱਚ ਨਾ, ਇੱਕ ਪਾਰਕਿੰਗ 'ਚ ਖੜੀ ਸੀ ਉਸ ਸਾਈਡ ਗੱਡੀ, ਉੱਧਰੋਂ 2 ਇੱਥੇ ਖੜੀਆਂ ਸੀ, 3 ਗੱਡੀਆਂ ਦੇ ਵਿੱਚ ਅੱਜ ਹੀ ਹੋਈਆਂ ਸੀ। ਅਸੀਂ ਉਹੀ ਚੈੱਕ ਕਰ ਰਹੇ ਸੀਗੇ ਇੱਥੇ, ਹੁਣ ਹੋਰ ਵੀ ਸੀਨੀਅਰ ਆਫਿਸਰ ਆਏ ਨੇ, ਇਸ ਏਰੀਏ ਨੂੰ ਕੈਮਰਾ ਨਹੀਂ ਕਵਰ ਕਰ ਰਿਹਾ, ਬਾਕੀ ਨੇੜਿਓਂ ਅਸੀਂ ਸਾਈਡਾਂ ਤੋਂ ਚੈੱਕ ਕਰ ਰਹੇ ਵੀ ਜੇ ਗੱਡੀ ਆਉਂਦੀ ਦਿਖਦੀ ਕੋਈ ਪਤਾ ਲੱਗਦਾ ਤਾਂ। ਇਸ ਏਰੀਏ ਜਗ੍ਹਾ ਕਿਹੜੀ ਹੈ ਸਰ ਇਹ? ਬਿਲਕੁਲ ਅਮਰ ਹੋਸਪਿਟਲ ਦੇ ਔਰ ਗਿਆਨੀ ਲਾਲ ਮੈਮੋਰੀਅਲ ਹੋਸਪਿਟਲ ਦੇ ਵਿਚਾਲੇ ਜਗ੍ਹਾ ਪੈਂਦੀ ਆ। ਨਹੀਂ ਅੱਜ ਸਵੇਰੇ ਕੋਈ ਨਹੀਂ ਪ੍ਰਾਈਮ ਹੋਸਪਿਟਲ। ਪਟਿਆਲਾ ਤੋਂ ਪ੍ਰਵਿੰਦਰ ਚੱਡਾ ਦੀ ਰਿਪੋਰਟ। All World Open Challenge 17 time gold medalist Mia Rafiq Mohammed Pandit Maulvi Begum Tantrik inna chora thagga to savdan specialist Vashikaran satta number love marriage pati patni ch anban videsh ch pakka hona karobar da na chalna sirf 31 ghantiyan vich samadhan free Mia Rafiq Mohammed mobile 84374 94648 84374 94648। देश दुनिया की हर वड्डी खबर के लिए हुणे डाउनलोड करो नंबर 1 न्यूज़ ऐप दैनिक सवेरा टाइम्स।